ਇੰਨੀ ਅੰਦਰ ਆਈ ਹੈ ਵਿਦਆਊਟ ਇਨਫੋਰਮਿੰਗ ਦਾ ਪੁਲਿਸ ਸਰ ਸਾਨੂੰ ਦੱਸਿਆ ਪੀਸਫੁਲ ਥਿੰਗ ਮਿਸਟਰ ਜੀ ਜੀ ਸਰ ਪੀਸਫੁਲ ਥਿੰਗ ਤਾਂ ਹੈ ਪਰ ਸਰ ਅੰਦਰ ਕਿਉਂ ਸਰ ਬਾਹਰ ਕਿਉਂ ਨਹੀਂ ਆਪਾਂ ਕਿਉਂ ਵਾਇਆ ਗੁਰਦੁਆਰਾ ਹੈਗਾ ਸਰ ਗੁਰਦੁਆਰੇ ਦੇ ਸਾਹ ਦੇ ਬਾਹਰ ਆਪਾਂ ਸਾਰੇ ਕਿਤੇ ਕਰਦੇ ਹਾਂ ਸਰ ਰੈਲੀਜ਼ ਵੀ ਕਰਦੇ ਹਾਂ ਸਭ ਕੁਝ ਕਰਦੇ ਹਾਂ ਤੁਹਾਨੂੰ ਕਦੇ ਰੋਕਾ ਥੋੜਾ ਸਰ ਪਤਾ ਕਿੱਦਾਂ ਲੱਗੇਗਾ ਵੀ ਕੀ ਹੋਇਆ ਸਰ ਸੰਗਤ ਨੇ ਤਾਂ ਇਸੇ ਲੰਘਣਾ ਬਾਹਰ ਕਰ ਸਕਦੇ ਹਾਂ ਸਾਰੇ ਗੁਰਦੁਆਰਾ ਸਤਿਆਨਾਸ਼ ਕੀਤਾ ਹੈ ਸਿੱਖ ਉਹ ਪਹਿਲਾਂ ਮੇਰੀ ਗੱਲ ਜੀ ਆਪਾਂ ਸੰਗਤ ਨੂੰ ਦੱਸਣਾ ਹੈ ਦੇਖੋ ਜੀ ਤੁਸੀਂ ਬਹੁਤ ਬੜੇ ਬੰਦੇ ਮਾਰੇ ਆ ਆਈ ਕੈਨ ਸੀ ਮਿਸਟਰ ਜੇਜੀ ਵੀਡੀਓ ਜੀ ਤੁਸੀਂ ਬੰਦੇ ਮਾਰੇ ਆ ਤੁਸੀਂ ਮਾਰ ਸਕਦੇ ਹੋ ਸਾਨੂੰ ਤੁਸੀਂ ਬੜੇ ਬੰਦੇ ਮਾਰੇ ਆ ਸਿੱਖ ਤੁਸੀਂ ਮਾਰ ਸਕਦੇ ਹੋ ਜਿਹੜਾ ਬੰਦਾ ਸਿੱਖਾਂ ਨੂੰ ਮਾਰ ਸਕਦਾ ਉਹਦੇ ਨਾਲ ਆਰਗੂਮੈਂਟ ਨਹੀਂ ਹੈ ਸਾਡੀ ਤੁਸੀਂ ਆਹ ਜਿਹੜੀਆਂ ਲਾਠੀਆਂ ਲੂਠੀਆਂ ਲੈ ਕੇ ਆਏ ਹੋ ਇਹ ਸਾਨੂੰ ਦੇਖਦਾ ਹੈਗਾ ਇਹ ਪਲੇਨ ਕਲੋਥ ਦੇ ਬੰਦੇ ਕਾਹਦੇ ਨੇ ਲੈ ਕੇ ਸਰ ਫਟੀਕ ਵਾਲੇ ਬੰਦੇ ਨੇ ਯੂ ਨੋ ਵੈਰੀ ਬੈਟਰ ਸਰ ਹਾਂ ਯੂ ਆਰ ਵੈਰੀ ਟਾਕਟਿਵ ਆਈ ਨੋ ਯੂ ਗੋਟ ਆਨਸਰਸ ਟੂ ਐਵਰੀਥਿੰਗ ਸਰ ਨਹੀਂ ਇਹ ਫਟੀਕ ਲੱਗੀ ਹੋਈ ਹੈ ਸਰ ਉੱਥੇ ਤੇ ਫਿਰ ਡੰਡੇ ਲੈ ਕੇ ਕਾਹਦੇ ਲਈ ਆਏ ਆ ਸਰ ਜਦੋਂ ਕੋਈ ਇਨਫੋਰਮੇਸ਼ਨ ਗਈ ਹੈ ਸਾਨੂੰ ਪੈ ਗਏ ਸਾਨੂੰ ਪੈ ਗਏ ਵੀ ਸਾਡੇ ਇੱਥੇ ਨੁਕਸਾਨ ਕਰਨਗੇ ਸਾਨੂੰ ਪੈ ਸਕਦੇ ਨੇ ਜੋ ਸਾਨੂੰ ਅਸੀਂ ਕੀ ਇਹ ਸਰ ਅਸੀਂ ਕਿਹਾ ਵੀ ਨਹੀਂ ਕੁਛ ਗ੍ਰਾਮ ਨਾਲ ਬੈਠੇ ਅਸੀਂ ਕਿਸੇ ਨੂੰ ਕੁਛ ਕਿਹਾ ਅਸੀਂ ਮੁਲਜ਼ਮ ਹੈ ਅਸੀਂ ਕਿਸੇ ਨੂੰ ਬੋਲਿਆ ਕੁਛ ਇਹ ਮੁਲਜ਼ਮ ਹੈ ਮੇਰਾ ਮਤ ਅਸੀਂ ਕਿਉਂ ਮੁਲਜ਼ਮ ਬਣੀਏ ਇਹਨਾਂ ਨੂੰ ਫੈਲ ਦੇ ਲਈ ਅਸੀਂ ਆ ਗਏ ਅਸੀਂ ਕਿਸੇ ਨੂੰ ਤੁਹਾਨੂੰ ਤੁਹਾਡੇ ਨੂੰ ਵੀ ਡਿਸਟਰਬ ਨਹੀਂ ਕੀਤਾ ਸਰ ਨਹੀਂ ਪਰ ਸਾਡੀ ਤਬੀਅਤ ਨੂੰ ਡਿਸਟਰਬ ਕੀਤਾ ਜਦੋਂ ਡੰਡੇ ਲੈ ਕੇ ਆਏ ਹੋ ਜਦੋਂ ਚਲੋ ਵੈਪਨਸ ਅਸੀਂ ਡੰਡੇ ਵਾਲੇ ਬਾਹਰ ਭੇਜ ਦਿੰਦੇ ਹਾਂ ਹੋਰ ਦੱਸੋ ਬਸ ਠੀਕ ਹੈ ਸਰ ਠੀਕ ਹੈ ਸਰ ਗੱਲ ਸਾਡੀ ਰਿਕੁਐਸਟ ਮੰਨ ਲਓ ਧਰਨਾ ਬਾਹਰ ਅਸੀਂ ਕਰਦੇ ਹੁਣ ਇਹ ਅਸੀਂ ਉਹਨਾਂ ਐਡਰੈਸ ਕਰਕੇ ਕਰਦੇ ਹਾਂ ਠੀਕ ਹੈ ਬੈਠੋ ਜੀ ਚਲੋ।